you are watching Punjabi Whiteboard Channel ਸਤ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਪੰਜਾਬ ਦੇ ਲੋਕ ਗੀਤ ਇਹ ਲੇਖ ਤਜਿੰਦਰ ਕੌਰ ਦਾ ਲਿਖਿਆ ਹੋਇਆ ਹੈ ਪੰਜਾਬ ਦੇ ਲੋਕ ਗੀਤ ਵਿੱਚ ਲੇਖਕਾ ਪੰਜਾਬੀ ਲੋਕ ਗੀਤਾਂ ਦੇ ਮਹੱਤਵ ਇਹਨਾਂ ਦੀ ਉਤਪਤੀ ਤੇ ਇਹਨਾਂ ਦੇ ਪੰਜਾਬੀ ਜੀਵਨ ਦੇ ਵੱਖ-ਵੱਖ ਪੱਖਾਂ ਨਾਲ ਸੰਬੰਧਿਤ ਹੋਣ ਬਾਰੇ ਜਾਣਕਾਰੀ ਦਿੰਦੀ ਹੈ ਤੇ ਨਾਲ ਹੀ ਲੇਖਕਾ ਨੇ ਪੰਜਾਬੀ ਲੋਕ ਗੀਤਾਂ ਦੀ ਬੜੀ ਮੁੱਲੀ ਵਿਰਾਸਤ ਨੂੰ ਬਚਾਉਣ ਲਈ ਵੀ ਕਿਹਾ ਹੈ ਲੋਕੀ ਲੋਕ ਦਿਲਾ ਵਿੱਚੋਂ ਆਪ ਮੁਹਾਰੇ ਨਿਕਲਦੇ ਹਨ ਇਹ ਆਮ ਲੋਕਾਂ ਦੀਆਂ ਖੁਸ਼ੀਆਂ ਚਾਵਾਂ ਅਤੇ ਦਰਦ ਵਿਛੋੜਿਆਂ ਦਾ ਸੱਚਾ ਸੁੱਚਾ ਬਿਆਨ ਹੁੰਦੇ ਹਨ ਪੰਜਾਬ ਲੋਕ ਗੀਤਾਂ ਦੀ ਧਰਤੀ ਹੈ ਇਥੋਂ ਦਾ ਹਰ ਇੱਕ ਵਾਸੀ ਲੋਕ ਗੀਤਾਂ ਵਿੱਚ ਜਨਮ ਲੈਂਦਾ ਬਚਪਨ ਗੁਜ਼ਾਰਦਾ ਜਵਾਨ ਹੁੰਦਾ ਵਿਆਹਿਆ ਜਾਂਦਾ ਗ੍ਰਸਤੀ ਜੀਵਨ ਭੋਗਦਾ ਤੇ ਆਖਰ ਗੀਤਾਂ ਵਿੱਚ ਹੀ ਮਰ ਜਾਂਦਾ ਹੈ ਲੋਕ ਗੀਤ ਲੋਕ ਸੱਭਿਆਚਾਰ ਦਾ ਹੀ ਪ੍ਰਕਾਸ਼ ਹੁੰਦੇ ਹਨ ਕਿਸੇ ਸੱਭਿਆਚਾਰ ਦੀ ਜਿੰਨੀ ਬਹੁ ਰੰਗੀ ਝਾਕੀ ਲੋਕ ਗੀਤਾਂ ਵਿੱਚ ਦੇਖਣ ਨੂੰ ਮਿਲਦੀ ਹੈ ਉਹ ਸਾਹਿਤ ਦੇ ਕਿਸੇ ਹੋਰ ਰੂਪ ਵਿੱਚ ਨਹੀਂ ਲੱਭ ਸਕਦੀ ਲੋਕ ਸੱਭਿਆਚਾਰ ਨਾਲ ਇਸ ਪ੍ਰਕਾਰ ਦੀ ਨੇੜਲੀ ਸਾਂਝ ਸਦਕਾ ਹੀ ਲੋਕ ਗੀਤਾਂ ਵਿੱਚ ਸੱਭਿਆਚਾਰ ਕਦਰਾਂ ਕੀਮਤਾਂ ਤੇ ਰਸਮਾਂ ਰਲਗੱਡ ਹਨ ਇਹਨਾਂ ਦੀ ਸਿਰਜਣਾ ਪਿੱਛੇ ਸਮੁੱਚੀ ਜਾਤੀ ਦਾ ਲੋਕ ਅਨੁਭਵ ਤੇ ਵਿਹਾਰ ਕਾਰਜਸ਼ੀਲ ਹੁੰਦਾ ਹੈ ਜਿਸ ਕਰਕੇ ਲੋਕ ਗੀਤ ਸਮੁੱਚੀ ਜਾਤੀ ਦੀ ਸਿਰਜਣਾ ਅਖਵਾਉਂਦੇ ਹਨ ਲੋਕ ਗੀਤ ਅੱਖਰ ਗਿਆਨ ਤੋਂ ਕੋਰੇ ਤੇ ਸਾਧ ਮੁਰਾਦੇ ਲੋਕਾਂ ਦੇ ਸੁੱਤੇ ਸਿੱਧ ਪ੍ਰਗਟਾਵੇ ਹੁੰਦੇ ਹਨ ਇੱਕ ਵਣਗੀ ਦੇਖਦੇ ਹਾਂ ਨਾਮ ਹੈ ਮੇਲਣੇ ਪੜੀ ਗੁਰਮੁਖੀ ਨਾ ਬੈਠਾਂ ਸਾ ਡੇਰੇ ਨੀ ਨਿਤ ਨਵੀ ਆਵੇਂ ਜੋੜਾਂ ਬੋਲੀਆਂ ਨਿਤ ਨਵੀ ਆਵੇਂ ਜੋੜਾਂ ਬੋਲੀਆਂ ਬਹਿ ਕੇ ਮੋਟੇ ਨਰੇ ਨੀ ਗੀਤ ਅਗੰਮੇ ਨਿਕਲਣ ਅੰਦਰੋਂ ਗੀਤ ਅਗੰਮੇ ਨਿਕਲਣ ਅੰਦਰੋਂ બસ ਨਹੀਂ ਕੁਝ ਵੀ ਮੇਰੇ ਮੇਲਣ ਨਚ ਲੈਨੀ ਦੇ ਦੇ ਸ਼ੌਕ ਦੇ ਢੇਡੇ ਮੇਲਣ ਨਚ ਲੈਨੀ ਲੋਕ ਗੀਤ ਮਨੁੱਖੀ ਸਿਰਜਣ ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਪਹਿਲਾ ਪ੍ਰਗਟਾ ਹਨ ਪੰਜਾਬ ਦੇ ਵੱਖ-ਵੱਖ ਖਿੱਤਿਆਂ ਮਾਝੇ ਮਾਲਵੇ ਦੁਆਬੇ ਪੁਆਦ ਪੋਠੋਹਾਰਾ ਤੇ ਪਹਾੜੀ ਇਲਾਕਿਆਂ ਵਿੱਚ ਬਹੁ ਗਿਣਤੀ ਵਿੱਚ ਲੋਕ ਗੀਤ ਮਿਲਦੇ ਹਨ ਇੰਨਾ ਖੇਤਿਆਂ ਵਿੱਚ ਵੱਖੋ-ਵੱਖ ਸਥਾਨਕ ਅਤੇ ਰਾਂਗਲੀ ਤਸਵੀਰ ਦੇ باوجود ਇਨ੍ਹਾਂ ਲੋਕ ਗੀਤਾਂ ਵਿੱਚ ਇੱਕ ਸੁਭਾਅ ਅਤੇ ਤਾਸੀਰ ਮਿਲਦੀ ਹੈ ਭਾਵ ਸਮੁੱਚੇ ਰੂਪ ਵਿੱਚ ਇਨ੍ਹਾਂ ਪੰਜਾਬ ਦੇ ਲੋਕ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਤਸਵੀਰ ਦੇਖਣ ਨੂੰ ਮਿਲਦੀ ਹੈ ਗੀਤ ਦਾ ਨਿਤਾਰਾ ਤਾਂ ਗਾਉਣ ਨਾਲ ਹੀ ਹੁੰਦਾ ਹੈ ਜਿਹੜਾ ਗੀਤ ਗਾਉਣ ਲੱਗਿਆਂ ਸਵਾਦ ਨਾ ਦੇਵੇ ਉਹ ਕਿਤਾਬ ਦੇ ਪੰਨਿਆਂ ਤੇ ਭਾਵੇਂ ਜਿਉਂਦਾ ਰਹੇ ਪਰ ਲੋਕਾਂ ਦੇ ਬੁੱਲਾਂ ਉੱਤੇ ਜਿਉਂਦਾ ਨਹੀਂ ਰਹਿ ਸਕਦਾ ਲੋਕ ਗੀਤਾਂ ਨੂੰ ਲਿਖਤ ਰੂਪ ਤਾਂ ਕੁਝ ਸਮਾਂ ਪਹਿਲਾਂ ਹੀ ਮਿਲਿਆ ਹੈ ਪਹਿਲਾਂ ਇਹ ਗੀਤ ਲੋਕ ਬੁੱਲਾਂ ਤੇ ਹੀ ਜਿਉਂਦੇ ਰਹੇ ਲੈ ਅਤੇ ਰਸ ਗੀਤ ਦੀ ਮੁਢਲੀ ਸ਼ਰਤ ਹਨ ਇਸੇ ਲਈ ਲੋਕ ਗੀਤ ਲੈ ਤੇ ਰਸ ਵਿੱਚ ਹੋਰਨਾ ਕਾਵ ਰੂਪਾਂ ਨੂੰ ਪਿੱਛੇ ਛੱਡ ਜਾਂਦੇ ਹਨ ਪੰਜਾਬੀ ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ ਵਿਸ਼ੇ ਪੱਖੋਂ ਬਹੁਤ ਬਨਸਵੰਨਤਾ ਹੈ ਜਿਵੇਂ ਸੂਰਮ ਗਤੀ ਦੇ ਗੀਤ ਪ੍ਰੀਤ ਕਥਾਵਾਂ ਪੂਜਾ ਪਾਠ ਦਿਨ ਤਿਹਾਰ ਰੁੱਤਾਂ ਥਿੱਤਾ ਪਿਆਰ ਗੀਤ ਵਿਛੋੜਾ ਜਨਮ ਵਿਆਹ ਮਰਨ ਪੇਕਾਕਰ ਸੌਰਾਕਰ ਹਾਰ ਸ਼ਿੰਗਾਰ ਆਦ ਲੋਕ ਗੀਤਾਂ ਦੇ ਵੱਖ-ਵੱਖ ਰੂਪ ਵੀ ਹੁੰਦੇ ਹਨ ਜਿਵੇਂ ਲੋਰੀਆਂ ਸੁਹਾਗ ਘੋੜੀਆਂ ਸਿੱਠਣੀਆਂ ਟੱਪੇ ਬੋਲੀਆਂ ਮਾਈਆ ਢੋਲਾ ਲਾਉਣੀਆ ਵੈਣ ਜਾਂ ਕੀਰਨੇ ਛੰਦ ਪਰਾਗਾ ਤੇ ਕਿੱਕਲੀ ਆਤ ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤਾਂ ਦਾ ਆਰੰਭ ਬੱਚੇ ਦੇ ਜਨਮ ਨਾਲ ਹੀ ਹੋ ਜਾਂਦਾ ਹੈ ਕੰਮਾਂ ਵਿੱਚ ਰੁੱਝੀ ਹੋਈ ਮਾਂ ਲੋਰੀ ਦੇ ਕੇ ਬੱਚੇ ਨੂੰ ਸੁਲਾਉਣ ਦਾ ਯਤਨ ਕਰਦੀ ਹੈ ਮੰਗਲ ਸੁੱਤੇ ਪਰਬਤ ਸੁੱਤੇ ਸੁੱਤੇ ਸਭ ਦਰਿਆ ਅਜੇ ਜਾਗਦਾ ਸਾਡਾ ਕਾਕਾ ਨੀਂਦੇ ਛੇਤੀਆ ਜਦੋਂ ਬੱਚੇ ਓ ਜਰਾ ਵੱਡੇ ਹੋ ਜਾਂਦੇ ਹਨ ਤਾਂ ਉਹ ਕਿੱਕਲੀ ਕੋਲੜਾ ਛਪਾਕੀ ਗੁੱਲੀ ਡੰਡਾ ਖਿੱਦੋ ਖੁੰਡੀ ਤੇ ਲੁਕਣ ਮਿੱਟੀ ਆਦੀ ਖੇਡਾਂ ਖੇਡਦੇ ਹਨ ਕੁੜੀਆਂ ਕਿੱਕਲੀ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ ਕਿ ਕਿਕਲੀ ਕਲੀ ਦੀ ਪਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਈ ਦਾ ਫਿੱਟੇ ਬੁਝਵਾਈ ਦਾ ਕਿਕਲੀ ਕਲੀ ਦੀ ਪਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਈ ਦਾ ਫਿੱਟੇ ਬੁਝਵਾਈ ਦਾ ਮਟਿਆਰ ਹੋਈਆਂ ਕੁੜੀਆਂ ਰੁੱਤਾਂ ਤੇ ਤਿਉਹਾਰਾਂ ਨਾਲ ਸੰਬੰਧਿਤ ਗੀਤ ਗਾਉਂਦੀਆਂ ਹਨ ਉਹ ਤਰਿੰਜਣ ਵਿੱਚ ਚਰਖੇ ਕੱਤਦੀਆਂ ਤੇ ਪਿੰਗਾ ਝੂਟਦੀਆਂ ਹੋਈਆਂ ਗਾਉਂਦੀਆਂ ਹਨ ਆਓ ਸਖਿਓਨੀ ਸਭੇ ਤੀਆਂ ਖੇਡਣ ਜਾਈਏ ਰਲ ਆਓ ਸਖਿਓਨੀ ਸਭੇ ਤੀਆਂ ਖੇਡਣ ਜਾਈਏ ਹੁਣ ਆ ਗਿਆ ਸਾਵਣਨੀ ਪਿੰਗਾ ਫਿਪਲੀ ਉੱਤੇ ਪਾਈਏ ਕੁੜੀਆਂ ਤਿਰੰਜਣ ਵਿੱਚ ਚਰਖੇ ਕਾਦੀਆਂ ਤੇ ਪਿੰਗਾ ਝੂਟਦੀਆਂ ਹੋਈਆਂ ਇਸ ਤਰ੍ਹਾਂ ਦੇ ਗੀਤ ਵੀ ਗਾਉਂਦੀਆਂ ਹਨ ਭੁੱਲੇ ਨੀ ਮਾਏ ਭੁੱਲੇ ਬੇਰੀ ਪੱਤਰ ਛੱਲੇ 2 ਚਿੰਨ ਪਈਆਂ ਖਜੂਰਾ ਇਸ ਮੁੰਡੇ ਦਾ ਕਰੋ ਮੰਗੇਵਾ ਮੁੰਡੇ ਦੀ ਗੋਟੀ ਨਿਕੜੀ ਕਿਉਂ ਖਾਂਦੀ ਚੂਰੀ ਕੁੱਟਦੀ ਕੁੱਟ ਚੂਰੀ ਪਈਆਂ ਥਾਲ ਮੋਤੀ ਸਜੇ ਨਾ ਨਾ ਜਵਾਨ ਹੋਏ ਮੁੰਡੇ ਕੁੜੀਆਂ ਵਿਆਹਣ ਜੋਗੇ ਹੋ ਜਾਂਦੇ ਹਨ ਵਿਆਹਾਂ ਦੇ ਕਾਰਜ ਸ਼ੁਰੂ ਹੋਣ ਤੇ ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਜਦੋਂ ਲਈ ਆ ਵੀਰਾ ਲਾਵਾ ਵੇ ਜਦੋਂ ਲਈ ਆ ਵੀਰਾ ਕਿਆ ਵੇਲੇ ਜਿੱਥੇ ਮੁੰਡੇ ਦੇ ਘਰ ਘੋੜੀ ਗਾਈ ਜਾਂਦੀ ਹੈ ਉੱਤੇ ਕੁੜੀ ਦੇ ਘਰ ਸੁਹਾਗ ਗਾਏ ਜਾਂਦੇ ਹਨ ਵਿਆਹ ਦਾ ਹਾਸੇ ਠੱਠਿਆਂ ਅਤੇ ਢੋਲ ਠਮਕਿਆਂ ਦਾ ਵਾਤਾਵਰਣ ਉਸ ਸਮੇਂ করুণਾਮਈ ਰੂਪ ਧਾਰਨ ਕਰ ਲੈਂਦਾ ਹੈ ਜਦੋਂ ਕੁੜੀ ਸਹੁਰੇ ਘਰ ਤੁਰਦੀ ਹੈ ਅਰਥਾਤ ਕੁੜੀ ਦੀ ਵਿਦਾਈ ਹੁੰਦੀ ਹੈ ਕੁੜੀ ਲਈ ਘਰ-ਵਾਰ ਛੱਡਣਾ ਔਖਾ ਹੋ ਜਾਂਦਾ ਹੈ ਉਸ ਦਾ ਦਿਲ ਕਰਲਾਉਂਦਾ ਹੈ ਲੇ ਨੋਲਾ ਨੇ ਲੱਗਦਾ ਇੱਕ ਏਟਰ ਪੋਟਾ ਦੇਵਾ ਤੀਏ ਘਰ ਜਾਇਆ ਪੁਣੇ ਵਿਆਹ ਤੋਂ ਮੰਗਰੋਂ ਕੁੜੀ ਸੌਰੇ ਘਰ ਆ ਜਾਂਦੀ ਹੈ ਜਿੱਤੇ ਸੱਸ ਦੀਆਂ ਤਿੱਖੀਆਂ ਗੱਲਾਂ ਉਸਦੇ ਮਨ ਨੂੰ ਚੁਪਦੀਆਂ ਹਨ ਉਥੇ ਸੱਸ ਤੋਂ ਇਲਾਵਾ ਉਸ ਦਾ ਹੋਰ ਨਾ ਰਿਸ਼ਤੇ ਡਿਓਰ ਜੀਠ ਜਠਾਣੀ ਨਨਾਨ ਨਾਲ ਵੀ ਵਾਹ ਪੈਂਦਾ ਹੈ ਉਸ ਦੇ ਦਿਲ ਵਿੱਚੋਂ ਇਸ ਤਰ੍ਹਾਂ ਦੇ ਭਾਵ ਨਿਕਲਦੇ ਹਨ ਕੁਪੜੀ ਹੋ ਲੈਣੀ ਜੜ ਕੁੜ ਕੁੜ ਕਰਦੀ ਏ ਸਾਰੇ ਨਹੀਂ ਜਾਣਾ ਸਤ ਕੁੜ ਕੁੜ ਕਰਦੀ ਕੁਪੜੀ ਹੋ ਲੈਣੀ ਜੜੀਆਂ ਟੇਹਂਦੀ ਏ ਸਾਰਾ ਦਿਲ ਝੜਕਾ ਮੇਰੀ ਜੁੰਤੀ ਸੰਦੇ ਏ ਔਰ ਕਾਲਾ ਚੋਰੀਆਂ ਹੁੰਦੇ ਨਾਲ ਆੜਿਆ ਏ ਇੱਕ ਖਾਟਾ ਤੇ ਮੇਰਾ ਭਾਂਦੀ ਲੱਲਣੇ ਏ ਸਾਰੇ ਘਰ ਵਿੱਚ ਸਾਰੇ ਰਿਸ਼ਤਿਆਂ ਦਾ ਖੱਟਾ ਮਿੱਠਾ ਆਨੰਦ ਮਾਣਦੇ ਹੋਏ ਨੂਨ ਦੀ ਜ਼ਿੰਦਗੀ ਆਪਣੀ ਤੋਰ ਤੁਰਦੀ ਰਹਿੰਦੀ ਹੈ ਕਦੀ ਨੌਕਰੀ ਖਾਤਰ ਪ੍ਰਦੇਸ਼ ਗਏ ਪਤੀ ਦਾ ਵਿਛੋੜਾ ਝਲਦੀ ਹੈ ਤੇ ਕਦੇ ਸਹੁਰੇ ਘਰ ਬੈਠ ਕੇ ਬਾਬਲ ਤੇ ਵੀਰ ਦੀ ਉਡੀਕ ਕਰਦੀ ਹੈ ਕਿਰਕ ਚਰੀ ਬੈਠ ਕੇ ਉਡੇ ਦਾ ਤੇ ਜਾਵੀ ਲਕਾ ਮੈਂ ਡੜਾ ਜਾਵੀ ਰੇ ਮੈਂ ਡੜਾ ਜਾਵੀ ਮੇਰੇ ਪੇਕੜ ਲੈ ਦਸੀ ਵੇ ਦਸੀ ਮੇਰੇ ਵੀਰ ਰਾਜੇ ਨੂੰ ਦਸੀ ਵੇ ਦਸੀ ਉਡੇ ਦਾ ਤੇ ਜੋ ਵੀ ਵਿਖਾਵਾਂ ਬੈੰਦਣਾ ਜੋ ਵੀ ਵੇ ਇਸ ਤਰ੍ਹਾਂ ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬ ਦੀ ਰਹਿਣੀ ਬਹਿਣੀ ਦੀ ਝਲਕ ਨਜ਼ਰ ਆਉਂਦੀ ਹੈ ਅਜੋਕੇ ਸਮੇਂ ਦੀ ਭੱਜ ਦੌੜ ਅਤੇ ਟੈਕਨਾਲੋਜੀ ਦੇ ਪ੍ਰਭਾਵ ਸਦਕੇ ਸਾਡੇ ਜੀਵਨ ਵਿੱਚ ਇਹ ਲੋਕ ਗੀਤ ਕੁਝ ਘਟ ਗਏ ਹਨ ਅੱਜ ਦੇ ਜ਼ਮਾਨੇ ਵਿੱਚ ਲੋਕ ਗੀਤਾਂ ਦੇ ਵਿਕਾਸ ਨੂੰ ਢਾਹ ਲੱਗੀ ਹੈ ਲੋਕ ਗੀਤ ਫਿਲਮੀ ਗਾਣਿਆਂ ਦੀਆਂ ਤਰਜ਼ਾਂ ਤੇ ਹੋਰ ਨਾ ਗਾਣਿਆਂ ਵਿੱਚ ਮਿਲਾ ਕੇ ਗਾਏ ਜਾਣ ਲੱਗੇ ਹਨ ਪਰੰਤੂ ਸਾਨੂੰ ਇਸ ਸਾਡੀ ਅਨਮੋਲ ਤੇ ਬੜਮੁੱਲੀ ਅਮੀਰ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਸੋ ਇਹ ਸੀ ਲੇਖ ਪੰਜਾਬ ਦੇ ਲੋਕ ਗੀਤ ਇਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਲੋਕ ਗੀਤਾਂ ਦੀ ਧਰਤੀ ਹੈ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਇਨ੍ਹਾਂ ਲੋਕ ਗੀਤਾਂ ਨੇ ਮਿਸ਼ਰੀ ਘੋਲੀ ਹੋਈ ਹੈ ਪੰਜਾਬੀ ਜੰਮਦਾ ਜਿਉਂਦਾ ਤੇ ਮਰਦਾ ਵੀ ਲੋਕ ਗੀਤਾਂ ਵਿੱਚ ਹੀ ਹੈ ਹਰ ਉਮਰ ਹਰ ਦਿਨ ਤਿਉਹਾਰ ਹਰੇ ਤੇ ਹਰ ਅਫਸਰ ਲਈ ਪੰਜਾਬੀ ਲੋਕ ਗੀਤਾਂ ਦੀ ਪਰਮਾਰ ਹੈ ਇਸ ਲੇਖ ਰਾਹੀਂ ਰਚਨਾਕਾਰ ਨੇ ਲੋਕ ਗੀਤਾਂ ਦੀ ਬੜੀ ਮੁੱਲੀ ਵਿਰਾਸਤ ਨੂੰ ਸਾਂਭਣ ਦੀ ਤਾਕੀਦ ਕੀਤੀ ਹੈ ਸੋ ਇਸ ਤਰ੍ਹਾਂ ਦਾ ਪ੍ਰਯਾਸ ਯਤਨ ਅਸੀਂ ਵੀ ਕਰ ਰਹੇ ਹਾਂ ਤੁਸੀਂ ਪੰਜਾਬੀ ਵਾਈਟ ਬੋਰਡ ਚੈਨਲ ਤੇ ਇੰਨਾ ਲੋਕ ਗੀਤਾਂ ਨੂੰ ਸੁਣ ਸਕਦੇ ਹੋ ਦੇਖ ਸਕਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਵੀਡੀਓ ਲਿੰਕ ਮਿਲ ਜਾਣਗੇ ਜਿਹੜੇ ਗੀਤ ਲੰਬੀ ਹੇਕ ਵਾਲੇ ਗੀਤ ਸਾਡੇ ਵਿਰਸੇ ਦੇ ਵਿੱਚੋਂ ਮਨਫੀ ਹੁੰਦੇ ਜਾ ਰਹੇ ਹਨ ਸੋ ਤੁਸੀਂ ਉਹਨਾਂ ਵੀਡੀਓ ਨੂੰ ਦੇਖ ਕੇ ਕਮੈਂਟ ਚ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਸਾਡਾ ਇਹ ਯਤਨ ਕਿਸ ਤਰ੍ਹਾਂ ਦਾ ਲੱਗਿਆ ਸੋ ਇਹ ਸੀ ਲੇਖ ਪੰਜਾਬ ਦੇ ਲੋਕ ਗੀਤ ਇਸ ਲੇਖ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਹੈ ਲੋਕ ਗੀਤ ਕਿਸ ਨੂੰ ਆਖਦੇ ਹਨ ਇਸ ਦਾ ਉੱਤਰ ਹੈ ਜਿਹੜੇ ਗੀਤ ਲੋਕਾਂ ਦੇ ਮਨਾਂ ਵਿੱਚੋਂ ਆਪ ਮੁਹਾਰੇ ਪ੍ਰਗਟ ਹੋਏ ਹੋਣ ਉਹਨਾਂ ਨੂੰ ਲੋਕ ਗੀਤ ਕਿਹਾ ਜਾਂਦਾ ਹੈ ਇਹ ਸਮੂਹ ਲੋਕਾਂ ਦੇ ਹਾਵਾਂ ਭਾਵਾਂ ਦੀ ਤਰਜਮਾਨੀ ਕਰਦੇ ਹਨ ਇਹਨਾਂ ਦੇ ਸਿਰਜਣਹਾਰੇ ਦਾ ਕੋਈ ਨਾਂ ਨਹੀਂ ਹੁੰਦਾ ਇਸ ਸੁਰ ਲੈ ਤਾਲ ਪੱਖੋਂ ਕਮਾਲ ਦੇ ਹੁੰਦੇ ਹਨ ਤੇ ਪੀੜੀ ਦਰ ਪੀੜੀ ਮੌਖਿਕ ਰੂਪ ਵਿੱਚ ਅੱਗੇ ਤੁਰਦੇ ਜਾਂਦੇ ਹਨ ਅਗਲਾ ਪ੍ਰਸ਼ਨ ਹੈ ਪੰਜਾਬ ਦੇ ਲੋਕ ਗੀਤ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਮਿਲਦੇ ਹਨ ਇਸ ਦਾ ਉੱਤਰ ਹੈ ਪੰਜਾਬ ਦੇ ਲੋਕ ਗੀਤ ਪੰਜਾਬ ਸਾਰੇ ਪੰਜਾਬ ਵਿੱਚ ਹੀ ਮਿਲਦੇ ਹਨ ਜਿਸ ਤਰ੍ਹਾਂ ਮਾਝਾ ਮਾਲਵਾ ਦੁਆਬਾ ਪੁਆਦ ਪੋਠੋਹਾਰ ਤੇ ਪਹਾੜੀ ਇਲਾਕਿਆਂ ਵਿੱਚ ਬਹੁ ਗਿਣਤੀ ਵਿੱਚ ਇਹ ਲੋਕ ਗੀਤ ਆਮ ਮਿਲਦੇ ਹਨ ਲੋਕ ਗੀਤਾਂ ਦੀ ਸੱਭਿਆਚਾਰ ਨਾਲ ਕੀ ਸਾਂਝ ਹੈ ਅਗਲਾ ਪ੍ਰਸ਼ਨ ਹੈ ਇਸ ਦਾ ਉੱਤਰ ਹੈ ਲੋਕ ਗੀਤਾਂ ਦੀ ਸੱਭਿਆਚਾਰ ਨਾਲ ਬਹੁਤ ਗੂੜੀ ਸਾਂਝ ਹੁੰਦੀ ਹੈ ਇਹ ਕਿਸੇ ਸੱਭਿਆਚਾਰ ਦਾ ਹੀ ਦਰਪਣ ਹੁੰਦੇ ਹਨ ਕਿਸੇ ਸੱਭਿਆਚਾਰ ਦੀ ਜਿੰਨੀ ਬਹੁ ਰੰਗੀ ਝਾਕੀ ਲੋਕ ਗੀਤਾਂ ਵਿੱਚ ਦੇਖਣ ਨੂੰ ਮਿਲਦੀ ਹੈ ਉਹ ਸਾਹਿਤ ਦੇ ਕਿਸੇ ਹੋਰ ਰੂਪ ਵਿੱਚ ਨਹੀਂ ਲੱਭਦੀ ਇਸੇ ਲਈ ਲੋਕ ਗੀਤਾਂ ਵਿੱਚ ਸੱਭਿਆਚਾਰ ਕਦਰਾਂ ਕੀਮਤਾਂ ਤੇ ਰਸਮਾਂ ਰਲਗੜ ਹੁੰਦੀਆਂ ਹਨ। ਪ੍ਰਸ਼ਨ ਲੋਕ ਗੀਤਾਂ ਦੇ ਕਿਹੜੇ-ਕਿਹੜੇ ਰੂਪ ਹਨ? ਇਸ ਦਾ ਉੱਤਰ ਹੈ ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪੰਜਾਬੀ ਲੋਕ ਗੀਤਾਂ ਦੇ ਵਿਸ਼ੇ ਵੰਸਵੰਨੇ ਹਨ। ਜਿਸ ਤਰ੍ਹਾਂ ਸੂਰਮਗਤੀ ਦੇ ਗੀਤ, ਪ੍ਰੀਤ ਕਥਾਵਾਂ, ਪੂਜਾ ਪਾਠ ਦੇ ਗੀਤ, ਦਿਨ ਤਿਯਾਰ, ਰੁੱਤਾਂ ਤਿਤਾਂ, ਪਿਆਰ ਦੇ ਗੀਤ, ਵਿਛੋੜਾ ਜਨਮ, ਵਿਆਹ, ਮਰਨ ਪੇ ਕਾਕਰ ਸੌਰਾਕਾਰ ਤੇ ਹਾਰ ਸ਼ਿੰਗਾਰ ਆਦ ਇਸ ਤੋਂ ਇਲਾਵਾ ਲੋਕ ਖੇਡਾਂ ਖੇਡਦੇ ਹੋਏ ਬੱਚੇ ਵੀ ਕਈ ਤਰ੍ਹਾਂ ਦੇ ਗੀਤ ਗਾਉਂਦੇ ਹਨ ਪ੍ਰਸ਼ਨ ਇਸ ਲੇਖ ਵਿੱਚ ਕਿਹੜੀਆਂ ਖੇਡਾਂ ਦਾ ਜ਼ਿਕਰ ਆਇਆ ਹੈ ਇਸ ਦਾ ਉੱਤਰ ਹੈ ਇਸ ਲੇਖ ਵਿੱਚ ਕਿੱਕਲੀ ਕੋਲੜਾ ਛਪਾਕੀ ਜਾਂ ਕੋਟਲਾ ਛਪਾਕੀ ਗੁੱਲੀ ਡੰਡਾ ਖਿੱਦੋ ਖੁੰਡੀ ਲੁਕਣ ਮੀਟੀ ਆਦਿ ਖੇਡਾਂ ਦਾ ਜ਼ਿਕਰ ਆਇਆ ਹੈ ਪ੍ਰਸ਼ਨ ਮੁਟਿਆਰਾਂ ਕਿਹੋ ਜਿਹੇ ਗੀਤ ਗਾਉਂਦੀਆਂ ਤੇ ਕਿਸ ਤਰ੍ਹਾਂ ਦਾ ਜੀਵਨ ਜਿਉਂਦੀਆਂ ਹਨ ਪਾਠ ਦੇ ਆਧਾਰ ਤੇ ਦੱਸਣਾ ਹੈ ਇਸ ਦਾ ਉੱਤਰ ਹੈ ਮੁਟਿਆਰਾਂ ਰੁੱਤਾਂ ਤਿਹਾਰਾਂ ਨਾਲ ਸੰਬੰਧਤ ਗੀਤ ਗਾਉਂਦੀਆਂ ਹਨ ਉਹ ਤਿਰੰਜਣਾ ਵਿੱਚ ਪਿੰਗਾ ਝੂਟਦੀਆਂ ਤੇ ਚਰਖੇ ਕੱਤਦੀਆਂ ਹਨ ਤੇ ਆਪਣੇ ਮਨ ਦੇ ਹਾਵਾਂ ਭਾਵਾਂ ਦੀ ਤਰਜਮਾਨੀ ਕਰਨ ਵਾਲੇ ਗੀਤ ਗਾਉਂਦੀਆਂ ਹਨ ਜਿਨ੍ਹਾਂ ਵਿੱਚ ਮਨ ਦੇ ਚਾਹ ਸਹੇਲੀਆਂ ਨਾਲ ਸਾਂਝ ਤੇ ਮੇਲ ਮਲਾਪ ਹੁੰਦਾ ਹੈ ਉਹ ਬਹੁਤ ਵਧੀਆ ਖੁਸ਼ੀਆਂ ਭਰਿਆ ਮੇਲ ਮਲਾਪ ਵਾਲਾ ਜੀਵਨ ਜਿਉਂਦੀਆਂ ਹਨ ਪ੍ਰਸ਼ਨ ਕੁੜੀ ਦੇ ਵਿਆਹ ਵੇਲੇ ਪਰਿਵਾਰ ਵਿੱਚ ਕੀ ਕੀ ਕੀਤਾ ਜਾਂਦਾ ਹੈ ਪਾਠ ਦੇ ਆਧਾਰ ਤੇ ਦੱਸਣਾ ਹੈ ਇਸ ਦਾ ਉੱਤਰ ਹੈ ਕੁੜੀ ਦੇ ਵਿਆਹ ਵੇਲੇ ਸੁਹਾਗ ਦੇ ਗੀਤ ਗਾ ਕੇ ਸ਼ਗਨਾ ਦੇ ਕੰਮ ਸ਼ੁਰੂ ਕੀਤੇ ਜਾਂਦੇ ਹਨ ਸਾਰੇ ਸਾਖ ਸੰਬੰਧੀ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ ਘਰ ਦੀਆਂ ਨੂਹਾਂ ਧੀਆਂ ਵੱਡੀਆਂ ਬੁੜੀਆਂ ਸਭ ਗਿੱਧੇ ਪਾਉਂਦੀਆਂ ਹਨ ਇਹ ਹਾਸੇਟ ਛੱਠੇ ਤੇ ਢੋਲ ਠਮੱਕਿਆਂ ਵਾਲਾ ਮਾਹੌਲ ਕਰੂਨਾਮਈ ਰੂਪ ਧਾਰਨ ਕਰ ਲੈਂਦਾ ਹੈ ਜਦੋਂ ਕੁੜੀ ਦੀ ਵਿਦਾਈ ਹੁੰਦੀ ਹੈ ਕੁੜੀ ਨੂੰ ਤੋਰਨ ਦਾ ਸਮਾਂ ਆ ਜਾਂਦਾ ਹੈ ਮਾਪੇ ਭੈਣ ਭਰਾਵਾਂ ਸਹੇਲੀਆਂ ਘਰਬਾਰ ਤੋਂ ਵਿਛੋੜੇ ਦਾ ਵੇਲਾ ਕੁੜੀ ਲਈ ਔਖਾ ਸਮਾਂ ਹੁੰਦਾ ਹੈ ਪ੍ਰਸ਼ਨ ਲੇਖਕਾਂ ਅਨੁਸਾਰ ਜੋਕੇ ਸਮੇਂ ਵਿੱਚ ਲੋਕ ਗੀਤਾਂ ਦੀ ਸਥਿਤੀ ਕਿਹੋ ਜਿਹੀ ਹੈ ਇਸ ਦਾ ਉੱਤਰ ਹੈ ਲੇਖ ਕਾ ਅਨੁਸਾਰ ਜੋ ਕੇ ਸਮੇਂ ਵਿੱਚ ਲੋਕ ਗੀਤਾਂ ਦੀ ਸਥਿਤੀ ਪਹਿਲਾਂ ਵਰਗੀ ਨਹੀਂ ਰਹੀ ਜੋ ਕੇ ਸਮੇਂ ਦੀ ਭੱਜ ਦੌੜ ਅਤੇ ਟੈਕਨਾਲੋਜੀ ਦੇ ਪ੍ਰਭਾਵ ਸਦਕਾ ਸਾਡੇ ਜੀਵਨ ਵਿੱਚ ਬਹੁਤ ਸਾਰੇ ਲੋਕ ਗੀਤ ਅਲੋਪ ਹੋ ਗਏ ਹਨ ਤੇ ਜਿਹੜੇ ਪ੍ਰਚਲਿਤ ਹਨ ਉਹਨਾਂ ਵਿੱਚ ਵੀ ਫਿਲਮੀ ਗਾਣਿਆਂ ਦਾ ਰਲੇਵਾ ਤੇ ਪ੍ਰਭਾਵ ਸਪਸ਼ਟ ਦੇਖਿਆ ਜਾ ਸਕਦਾ ਹੈ ਅੱਜ ਨਾ ਹੀ ਕਿਸੇ ਨੂੰ ਗੀਤ ਗਾਉਣੇ ਆਉਂਦੇ ਹਨ ਤੇ ਨਾ ਹੀ ਕਿਸੇ ਨੂੰ ਜਾਦਾ ਇਨਾਂ ਲੋਕ ਗੀਤਾਂ ਦਾ ਸ਼ੌਕ ਹੈ ਸਮੇਂ ਦੇ ਨਾਲ-ਨਾਲ ਟੈਕਨੋਲੋਜੀ ਦੇ ਬਦਲ ਨਾਲ ਸਾਡੇ ਇਹ ਸੱਭਿਆਚਾਰ ਦੇ ਰੰਗ ਵਿੱਚ ਵੀ ਕਾਫੀ ਤਬਦੀਲੀ ਆਈ ਹੈ ਪ੍ਰਸ਼ਨ ਲੋਕ ਗੀਤ ਹੋਰਨਾ ਕਾਵ ਰੂਪਾਂ ਨੂੰ ਪਿੱਛੇ ਕਿਉਂ ਛੱਡ ਜਾਂਦੇ ਹਨ ਇਸ ਦਾ ਉੱਤਰ ਹੈ ਲੋਕ ਗੀਤ ਹੋਰਨਾ ਕਾਵ ਰੂਪਾਂ ਨੂੰ ਇਸ ਲਈ ਪਿੱਛੇ ਛੱਡ ਜਾਂਦੇ ਹਨ ਕਿਉਂਕਿ ਇਹਨਾਂ ਵਿੱਚ ਲੈ ਅਤੇ ਰਸ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਲੋਕ ਗੀਤਾਂ ਦਾ ਨਿਤਾਰਾ ਗਾਉਣ ਨਾਲ ਹੀ ਹੁੰਦਾ ਹੈ ਜਿਸ ਨਾਲ ਇਹ ਲੋਕ ਗੀਤ ਦਿਲਾਂ ਤੇ ਰਾਜ ਕਰਦੇ ਤੇ ਅਮਰ ਹੁੰਦੇ ਹਨ ਤੇ ਲੋਕ ਬੁੱਲਾਂ ਤੇ ਜਿਉਂਦੇ ਰਹਿੰਦੇ ਹਨ ਜਦ ਕਿ ਹੋਰ ਕਾਵ ਰੂਪਾਂ ਵਿੱਚ ਇਹ ਗੁਣ ਨਾ ਮਾਤਰ ਹੁੰਦੇ ਹਨ ਤੇ ਉਹ ਇੰਨੇ ਜ਼ਿਆਦਾ ਮਕਬੂਲ ਨਹੀਂ ਹੁੰਦੇ ਪ੍ਰਸ਼ਨ ਕਿੱਕਲੀ ਪਾਉਂਦੀਆਂ ਕੁੜੀਆਂ ਆਮ ਕਰਕੇ ਕਿਹੜਾ ਗੀਤ ਗਾਉਂਦੀਆਂ ਹਨ ਇਸ ਦਾ ਉੱਤਰ ਹੈ ਕੁੜੀਆਂ ਜਦੋਂ ਕਿਕਲੀ ਪਾਉਂਦੀਆਂ ਹਨ ਤਾਂ ਉਹ ਆਮ ਕਰਕੇ ਗਾਉਂਦੀਆਂ ਹਨ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ ਜਾਂ ਫਿਰ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਝਾਈ ਦਾ ਸਿਰ ਤੇ ਸਜਾਈ ਦਾ ਪ੍ਰਸ਼ਨ ਕੰਮਾਂ ਵਿੱਚ ਰੁੱਜੀ ਮਾਂ ਬੱਚੇ ਨੂੰ ਸੁਲਾਉਣ ਲਈ ਲੋਕ ਗੀਤਾਂ ਦਾ ਸਹਾਰਾ ਕਿਵੇਂ ਲੈਂਦੀ ਹੈ ਕੰਮਾਂ ਵਿੱਚ ਰੁੱਜੀ ਹੋਈ ਮਾਂ ਬੱਚੇ ਨੂੰ ਗੀਤ ਗਾਉਂਦੀ ਹੈ ਲੋਰੀਆਂ ਦਿੰਦੀ ਹੈ ਤੇ ਉਹ ਬੱਚੇ ਨੂੰ ਇਸ ਤਰ੍ਹਾਂ ਲੋਰੀਆਂ ਦੇ ਕੇ ਸੁਲਾਉਣ ਦਾ ਯਤਨ ਕਰਦੀ ਹੈ ਮਾਂ ਬੱਚੇ ਲਈ ਗਾਉਂਦੀ ਹੈ चुल्ले विचली अग सौ गई सुते चन सितारे सुत्ती रोटी तवे दे उपर नींद सैन मारे। जंगल सुत्ते पर्वत सुत्ते सुत्ते सब दरिया अजे जागदा साडा काका नींदे छेतिया हुँ हु 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 ਵਾਕ ਦੇ ਆਧਾਰ ਤੇ ਕੁਝ ਵਾਕ ਦਿੱਤੇ ਹੋਏ ਹਨ ਇਹਨਾਂ ਦੁਆਰੇ ਅਸੀਂ ਆਪਣੀ ਰਾਏ ਦੇਣੀ ਹੈ ਕਿ ਇਹ ਵਾਕ ਠੀਕ ਹਨ ਜਾਂ ਗਲਤ ਸਹੀ ਤੇ ਗਲਤ ਦਾ ਨਿਸ਼ਾਨ ਲਗਾਉਣਾ ਹੈ ਪਹਿਲਾ ਹੈ ਲੋਕ ਗੀਤ ਕਵੀਆਂ ਦੁਆਰਾ ਲਿਖੇ ਜਾਂਦੇ ਹਨ ਇਹ ਵਾਕ ਗਲਤ ਹੈ ਲੋਕ ਗੀਤ ਲੋਕਾਂ ਦੇ ਮਨ ਦੇ ਵਿੱਚੋਂ ਉਹਨਾਂ ਦੇ ਚਾਵਾ ਓਲਾਰਾਂ ਦੇ ਵਿੱਚੋਂ ਜਿਹੜੇ ਨੇ ਨਿਕਲਦੇ ਹਨ ਕੁੜੀਆਂ ਦੇ ਵਿਆਹ ਉੱਪਰ ਸੁਹਾਗ ਗਾਏ ਜਾਂਦੇ ਹਨ ਇਹ ਵਾਕ ਠੀਕ ਹੈ ਮੁੰਡੇ ਦੇ ਜਦੋਂ ਵਿਆਹ ਹੁੰਦਾ ਮੁੰਡੇ ਘਰ ਤਾਂ ਉੱਥੇ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਦੇ ਵਿਆਹ ਉੱਪਰ ਸੁਹਾਗ ਗਾਏ ਜਾਂਦੇ ਆ ਅਗਲਾ ਪ੍ਰਸ਼ਨ ਹੈ ਪੰਜਾਬ ਦੇ ਲੋਕ ਗੀ ਦੱਖਣੀ ਭਾਰਤੀ ਸੱਭਿਆਚਾਰ ਦੀ ਤਸਵੀਰ ਹਨ ਇਹ ਵਾਕ ਗਲਤ ਹੈ ਕਿਉਂਕਿ ਪੰਜਾਬ ਹੈ ਜਿਹੜਾ ਉਹ ਉੱਤਰੀ ਭਾਰਤ ਦਾ ਸੂਬਾ ਹੈ ਇਸ ਕਰਕੇ ਦੱਖਣੀ ਭਾਰਤੀ ਸੱਭਿਆਚਾਰ ਨਾਲ ਇਸ ਦੀ ਕੋਈ ਸਾਂਝ ਨਹੀਂ ਹੈ ਇਸ ਕਰਕੇ ਵਾਕ ਗਲਤ ਹੈ ਕੋੜਾ ਛਪਾਕੀ ਇੱਕ ਲੋਕ ਗੀਤ ਹੈ ਇਹ ਵਾਕ ਠੀਕ ਹੈ ਗੀਤ ਦਾ ਅਸਲੀ ਫੈਸਲਾ ਨੱਚਣ ਨਾਲ ਹੁੰਦਾ ਹੈ ਇਹ ਵਾਕ ਗਲਤ ਹੈ ਲੇਖਕ ਨੇ ਜਿਹੜਾ ਹੈ ਪਾਠ ਦੇ ਅਨੁਸਾਰ ਗੀਤ ਦਾ ਅਸਲੀ ਨਿਤਾਰਾ ਜਿਹੜਾ ਗਾਉਣ ਨਾਲ ਹੁੰਦਾ ਹੈ ਅੱਗੇ ਪਾਠ ਦੇ ਆਧਾਰ ਤੇ ਹੀ ਖਾਲੀ ਥਾਵਾਂ ਭਰਨੀਆਂ ਹਨ ਲੋਕ ਗੀਤ ਡੈਸ਼ ਦਾ ਹੀ ਪ੍ਰਕਾਸ਼ ਹਨ ਇਸ ਵਿੱਚ ਆਏਗਾ ਜੀ ਸੱਭਿਆਚਾਰ ਮਾਂ ਬੱਚੇ ਨੂੰ ਡੈਸ਼ ਡੈਸ਼ ਗਾ ਕੇ ਸੌਂਦੀ ਹੈ ਤਾਂ ਇਸ ਵਿੱਚ ਆਏਗਾ ਲੋਰੀਆਂ ਮੁੰਡੇ ਦੇ ਵਿਆਹ ਉੱਤੇ ਡੈਸ਼ ਗਾਈਆਂ ਜਾਂਦੀਆਂ ਹਨ ਘੋੜੀਆਂ ਸੱਸ ਦੀਆਂ ਡੈਸ਼ ਚੁਬਦੀਆਂ ਹਨ ਤਾਂ ਇਸ ਵਿੱਚ ਆਊਗਾ ਸਖਤੀਆਂ ਜਾਂ ਗੱਲਾਂ ਡੈਸ਼ ਦਾ ਵੇਲਾ ਕੁੜੀ ਲਈ ਔਖਾ ਹੋ ਜਾਂਦਾ ਹੈ ਇਸ ਵਿੱਚ ਆਏਗਾ ਵਿਦਾਈ ਅੱਗੇ ਕੁਝ ਸ਼ਬਦ ਹਨ ਪਾਠ ਵਿੱਚੋਂ ਲੈ ਗਏ ਇਹਨਾਂ ਨੂੰ ਅਸੀਂ ਸ਼ੁੱਧ ਕਰਕੇ ਲਿਖਣਾ ਹੈ ਗ੍ਰੈਸਥੀ ਇਹਦੇ ਵਿੱਚ ਜਿਹੜਾ ਹੈ ਰਾਰਾ ਗੱਗੇ ਦੇ ਪੈਰ 'ਚ ਪਵੇਗਾ ਤੇ ਗ੍ਰੈਸਥੀ ਇਸ ਤਰ੍ਹਾਂ ਲਿਖਿਆ ਜਾਵੇਗਾ ਸ੍ਰਿਜਣਾ ਇਹ ਜਿਹੜਾ ਗਲਤ ਹੈ ਜਿਹੜੀ ਸਿਹਾਰੀ ਸਸੇ ਨੂੰ ਲੱਗੇਗੀ ਔਰ ਰਾਰੇ ਵਾਲੀ ਬਿਹਾਰੀ ਨਹੀਂ ਪ੍ਰਯੋਗ ਹੋਵੇਗੀ ਸਿਰਜਣਾ ਪੀਂਗ ਦੇ ਵਿੱਚ ਗੱਗੇ ਦੀ ਥਾਂ ਤੇ ਖੱਗੇ ਦਾ ਪ੍ਰਯੋਗ ਹੋਵੇਗਾ ਸ਼ਿੰਗਾਰ ਦੇ ਵਿੱਚ ਖੱਗੇ ਦੀ ਥਾਂ ਤੇ ਗੱਗਾ ਲੱਗੇਗਾ ਤੇ ਸ਼ਿੰਗਾਰ ਬਣੇਗਾ ਗਿੱਧਾ ਇਦੇ ਵਿੱਚ ਦੱਦਾ ਵਰਡ ਪ੍ਰਯੋਗ ਹੋਵੇਗਾ ਦੱਦੇ ਦੀ ਥਾਂ ਤੇ ਇਸ ਤੋਂ ਇਲਾਵਾ ਸਮਾਨਾਂ ਅਰਥੀ ਸ਼ਬਦ ਲਿਖਨੇ ਹਨ ਸੱਭਿਆਚਾਰ ਸੰਸਕ੍ਰਿਤੀ ਨੂੰ ਕਹਿੰਦੇ ਹਨ ਸਿਰਜਣਾ ਰਚਨਾ ਖਿੱਤਾ ਖੇਤਰ ਜਾਂ ਇਲਾਕਾ ਗ੍ਰੈਸਤੀ ਪਰਿਵਾਰਿਕ ਵਿਛੋੜਾ ਵਿਰਹੋ ਵਾਕ ਬਣਾਉਣੇ ਹਨ ਪਹਿਲਾ ਹੈ ਬਹੁਰੰਗੀ ਭਾਂਤ ਭਾਂ ਦਾ ਪ੍ਰਮਾਤਮਾ ਦੀ ਸ੍ਰਿਸ਼ਟੀ ਬਹੁਰੰਗੀ ਹੈ ਪ੍ਰਗਟਾ ਹੁੰਦਾ ਬਿਆਨ ਲੋਕਗੀਤਾਂ ਲੋਕਾਂ ਦੇ ਭਾਵਾਂ ਦਾ ਪ੍ਰਗਟਾ ਹੁੰਦੇ ਹਨ ਕਿੱਕਲੀ ਕੁੜੀਆਂ ਦੀ ਇੱਕ ਖੇਡ ਜਾਂ ਨਾਚ پارک ਵਿੱਚ ਕੁੜੀਆਂ ਕਿੱਕਲੀ ਪਾ ਰਹੀਆਂ ਹਨ ਸਥਾਨਕ ਥਾਣਾਂ ਨਾਲ ਸੰਬੰਧਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਥਾਨਕ ਮੇਲੇ ਲੱਗਦੇ ਹਨ ਲਿਖਤ ਲਿਖਿਆ ਹੋਇਆ ਇਹ ਲੇਖ ਤਜਿੰਦਰ ਕੌਰ ਦੀ ਲਿਖਤ ਹੈ ਸੋ ਇਹ ਸੀ ਵੀਡੀਓ ਪੰਜਾਬ ਦੇ ਲੋਕਗੀਤ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸੋ ਵੀਡੀਓ ਨੂੰ ਲਾਈਕ ਕਰ ਦੇਣਾ ਜੀ ਇਸ ਵੀਡੀਓ ਨੂੰ ਆਪਣੇ ਅਧਿਆਪਕ ਸਾਥੀਆਂ ਤੇ ਬੱਚਿਆਂ ਨਾਲ ਸ਼ੇਅਰ ਕਰ ਲੈਣਾ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈ ਕਿ ਲੋਕ ਗੀਤਾਂ ਦੇ ਕੁਝ ਲਿੰਕ ਸਾਡੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹਨ ਉਹਨਾਂ ਲੋਕ ਗੀਤਾਂ ਨੂੰ ਸੁਣ ਕੇ ਵੀ ਆਪਣੀ ਰਾਏ ਦੇਣਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ We listen to feedback and suggestions from our viewers to provide informative and entertaining videos on a wide variety of topics. Your feedback helps us grow and improve, so please leave comments and share our content with your friends. Like and share our videos to help us reach a larger audience. Don't forget to subscribe to Punjabi Whiteboard to stay up to date with our latest content.